ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦੇ ਮਕਸਦ ਨਾਲ ਪਿੰਡ ਰੁੜਕਾ ਖੁਰਦ ਵਿਖੇ ਗ੍ਰਾਮ ਪੰਚਾਇਤ ਵੱਲੋਂ ਵੈਲਫੇਅਰ ਵੂਮਨ ਸੁਸਾਇਟੀ ਰੁੜਕਾ ਖੁਰਦ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਰਸਮੀ ਤੌਰ 'ਤੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਪਿੰਡ ਦੀਆਂ ਔਰਤਾਂ ਅਤੇ ਲੜਕੀਆਂ ਨੇ ਗਿੱਧਾ ਭੰਗੜਾ ਪਾ ਕੇ ਅਤੇ ਪਿੰਗਾਂ ਝੂਟ ਕੇ ਤੀਆਂ ਦੇ ਤਿਉਹਾਰ ਦੀ ਇਸ ਖੁਸ਼ੀ ਨੂੰ ਸਾਂਝਾ ਕੀਤਾ। ਇਸ ਮੌਕੇ ਬੋਲਦਿਆਂ MP ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦਾ ਪੁਰਾਤਨ ਤਿਉਹਾਰ ਹੈ। ਇਸ ਤਿਉਹਾਰ ਨੂੰ ਸੁਰਜਿਤ ਰੱਖਣ ਲਈ ਹਰ ਪਿੰਡ ਵਿੱਚ ਮਨਾਉਣਾ ਲਾਜ਼ਮੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਦਿੰਦੇ ਹੋਏ ਚੋਣਾਂ ਦੌਰਾਨ 30% ਰਾਖਵਾਂ ਕਰਨ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਚੋਣਾਂ ਦੌਰਾਨ ਜਿੱਤ ਪ੍ਰਾਪਤ ਕਰਨ ਵਾਲੀਆਂ ਔਰਤਾਂ ਆਪਣੇ ਹੱਕਾਂ ਦਾ ਖੁਦ ਇਸਤੇਮਾਲ ਕਰਕੇ ਸਮਾਜ ਨੂੰ ਚੰਗੀ ਸੇਧ ਦੇਣ। ਇਸ ਮੌਕੇ ਗ੍ਰਾਮ ਪੰਚਾਇਤ ਵੱਲੋਂ ਮੁੱਖ ਮਹਿਮਾਨ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ 550 ਬੂਟੇ ਲਗਾਉਣ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਮੌਕੇ ਰਾਕੇਸ਼ ਦੁੱਗਲ ਬਲਾਕ ਪ੍ਰਧਾਨ, ਸੰਜੇ ਅਟਵਾਲ ਸ਼ਹਿਰੀ ਵਾਇਸ ਪ੍ਰਧਾਨ, ਤੀਰਥ ਰਾਮ ਸਰਪੰਚ, ਪਰਮਜੀਤ ਕੌਰ ਚੇਅਰਮੈਨ, ਹਰਪ੍ਰੀਤ ਕੌਰ ਪੰਚ, ਬਬਲੀ ਕੁਲਵਿੰਦਰ ਕੌਰ, ਮਮਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ਪੰਚਾਇਤ ਵੱਲੋਂ ਅੱਜ ਪਿੰਡ ਵਿਖੇ ਇਤਿਹਾਸਿਕ ਜਿਹੜਾ ਤੀਆਂ ਦਾ ਤਿਉਹਾਰ ਹੈ ਉਸਨੂੰ ਪੰਚਾਇਤ ਵੱਲੋਂ ਆਯੋਜਿਤ ਕੀਤਾ ਗਿਆ ਔਰ ਬਹੁਤ ਭਾਰੀ ਗਿਣਤੀ ਵਿੱਚ ਮਹਿਲਾਵਾਂ ਇਸ ਤਿਉਹਾਰ ਵਿੱਚ ਸ਼ਾਮਿਲ ਹੋਈਆਂ ਔਰ ਬੜੇ ਅੱਛੇ ਰੰਗਾਰੰਗ ਪ੍ਰੋਗਰਾਮ ਇਹਨਾਂ ਨੇ ਇੱਥੇ ਤਿਆਰ ਕੀਤੇ ਔਰ ਇਸ ਮੌਕੇ 'ਤੇ ਪਿੰਡ ਵੱਲੋਂ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਹੈ ਕਿ 550 ਪੌਦਾ ਹਰ ਪਿੰਡ ਲਗਾਏਗਾ ਗੁਰੂ ਨਾਨਕ ਦੇਵ ਜੀ ਦੇ ਜਨਮ ਉਤਸਵ ਨੂੰ 550 ਸਾਲਾ ਜਨਮ ਉਤਸਵ ਨੂੰ ਸਮਰਪਿਤ ਸਕੀਮ ਦੇ ਤਹਿਤ ਅੱਜ ਪੌਦੇ ਵੀ ਲਗਾਏ ਗਏ। ਮੈਂ ਸਮਝਦਾ ਕਿ ਪੰਚਾਇਤ ਨੇ ਸਰਪੰਚ ਸਾਹਿਬ ਮੇਰੇ ਨਾਲ ਖੜ੍ਹੇ ਤੀਰਥੀ ਉਹਨਾਂ ਨੇ ਬਹੁਤ ਅੱਛਾ ਕਦਮ ਚੱਕਿਆ ਕਿ ਜਿਹੜੇ ਸਾਡੇ ਪ੍ਰਾਂਤ ਆ ਬਹੁਤ ਹੀ ਸੱਭਿਅਤਾ ਨਾਲ ਜੁੜਿਆ ਹੋਇਆ ਤੀਆਂ ਦਾ ਤਿਉਹਾਰ ਹੈ ਉਹ ਅਜੇ ਇੱਥੇ ਮਨਾਇਆ। ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ। ਮੈਂ ਜਿੰਨੀਆਂ ਵੀ ਮਹਿਲਾਵਾਂ ਇੱਥੇ ਆਈਆਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਸਾਡੀ ਪਾਰਟੀ ਕਾਂਗਰਸ ਪਾਰਟੀ ਸਾਡੀਆਂ ਸਰਕਾਰਾਂ ਹਮੇਸ਼ਾ ਵੂਮੈਨ ਇੰਪਾਵਰਮੈਂਟ ਮਹਿਲਾ ਸ਼ਕਤੀਕਰਨ ਦੇ ਵਾਸਤੇ ਵੱਡੇ ਉਪਰਾਲੇ ਕਰਦੀਆਂ ਰਹੀਆਂ ਜਿਸ ਦੇ ਤਹਿਤ ਹੀ ਅਸੀਂ 73ਵੀਂ ਔਰ 74ਵੀਂ ਜਿਹੜੀ ਸੰਵਿਧਾਨਿਕ ਸੋਧ ਕਰਕੇ ਅੱਜ ਪੰਜਾਬ ਦੀਆਂ ਸਾਰੇ ਦੇਸ਼ ਦੀਆਂ ਜਿਹੜੀਆਂ ਮਿਊਨਸਪੈਲਿਟੀਆਂ ਪੰਚਾਇਤਾਂ ਉਸ ਵਿੱਚ ਮਹਿਲਾਵਾਂ ਵਾਸਤੇ ਰਾਖਵਾਂਕਰਨ ਕੀਤਾ ਔਰ ਪੰਜਾਬ ਸਰਕਾਰ ਨੇ ਇੱਕ ਕਦਮ ਅੱਗੇ ਚੱਲਦੇ ਹੋਏ
50% ਹੀ ਇਸ ਨੂੰ ਰਾਖਵਾਂਕਰਨ ਕੀਤਾ। ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਮਹਿਲਾਵਾਂ ਨੂੰ ਬੇਨਤੀ ਕੀਤੀ ਕਿ ਇਸ ਦਾ ਜੋ ਮੰਤਵ ਹੈ ਸੰਵਿਧਾਨਿਕ ਸੋਧ ਦਾ, ਜਿਸ ਦੇ ਨਾਲ ਤੁਸੀਂ ਚੁਣ ਕੇ ਸਰਪੰਚਾਂ ਬਣੀਆਂ, ਪੰਚਾਇਤ ਮੈਂਬਰ ਬਣੀਆਂ, ਪੰਚਾਇਤ ਸਮਿਤੀ 'ਚ ਗਈਆਂ, ਉਸ ਨੂੰ ਦੇਖਦੇ ਹੋਏ ਅੱਛਾ ਪਰਫੋਰਮ ਕਰੋ ਔਰ ਇੰਡੀਪੈਂਡੈਂਟਲੀ ਪੁਰਖ ਦੀ ਸਹਾਇਤਾ ਤੋਂ ਬਗੈਰ, ਆਪਣੇ ਹਸਬੈਂਡ ਦੀ ਸਹਾਇਤਾ ਤੋਂ ਬਗੈਰ ਜਿਹੜੇ ਫੈਸਲੇ ਆ ਵਿਕਾਸ ਦੇ ਜਾਂ ਜਿਹੜੇ ਦੂਸਰੇ ਉਹ ਲਾਓ। ਇਹ ਮੈਂ ਇਹਨਾਂ ਨੂੰ ਬੇਨਤੀ ਕੀਤੀ। ਅੱਜ ਗ੍ਰਾਮ ਪੰਚਾਇਤ ਰੋਹਟਾ ਖੁਰਦ ਵੱਲੋਂ ਜੋ ਤੀਆਂ ਦਾ ਮੇਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਚੌਰੀ ਸਾਹਿਬ MP ਸਾਹਿਬ ਨੇ ਕੀਤੀ, ਪੰਚਾਇਤ ਵੱਲੋਂ ਜੋ 550 ਬੂਟਾ ਲਗਾਉਣ ਦੀ ਸ਼ੁਰੂਆਤ ਆ ਉਹ ਵੀ ਚੌਰੀ ਸਾਹਿਬ ਨੇ ਅੱਜ ਕੀਤੀ ਹੈ। ਅਸੀਂ ਚੌਰੀ ਸਾਹਿਬ ਦਾ ਪਿੰਡ ਰੋਹਟਾ ਖੁਰਦ ਪਹੁੰਚਣ 'ਤੇ ਪਿੰਡ ਵਾਸੀ ਅਤੇ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ।